मेरे प्रॉब्लम सी पेशाब वाली जगह पे मेरा स्किन सी वो टाइट सी फ्रंट को उसके अगे जलन बहुत रहती थी। मैं बहुत परेशान से 2-3 साल तो उस बाद एक नवी टेक्निक आई है स्टैपलर वाली जिसे कोई टांका नहीं लगता ना कोई ज़्यादा ब्लीडिंग होती है काफ़ी ये मैं सैटिस्फाई हाँ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗਿਰਤਾਰ ਸਿੰਘ। ਮੇਰੇ ਪ੍ਰੋਬਲਮ ਸੀਗੀ ਜੀ ਪਿਸ਼ਾਬ ਵਾਲੀ ਜਗ੍ਹਾ 'ਤੇ, ਮੇਰਾ ਸਕਿਨ ਸੀਗੀ ਉਹ ਟਾਈਟ ਸੀ ਫਰੰਟ ਤੋਂ, ਉਹ ਬਹੁਤ ਜ਼ਿਆਦਾ ਟਾਈਟ ਸੀ। ਮੈਨੂੰ ਆਪਣਾ ਸੈਕਸ ਕਰਨ 'ਚ ਵੀ ਪ੍ਰੋਬਲਮ ਆ ਰਹੀ ਸੀ, ਪਿਸ਼ਾਬ ਕਰਨ 'ਚ ਵੀ ਪ੍ਰੋਬਲਮ ਆ ਰਹੀ ਸੀ, ਉਹਦੇ ਅੱਗੇ ਜਲਨ ਬਹੁਤ ਰਹਿੰਦੀ ਸੀ। ਮੈਂ ਬਹੁਤ ਪਰੇਸ਼ਾਨ ਸੀ 2-3 ਸਾਲ ਤੋਂ, ਅਤੇ ਇਹ ਸਰਜਰੀ ਦਾ ਹੋਸਪਿਟਲ ਮੈਨੂੰ ਸਟਾਰ ਯੂਟਿਊਬ ਰਾਹੀਂ ਮੈਨੂੰ ਕਿਸੇ ਨੇ ਦੱਸਿਆ ਅਤੇ ਮੈਂ ਇਹਨਾਂ ਦਾ ਸਰਚ ਕੀਤਾ। ਅਤੇ ਉਸ ਤੋਂ ਬਾਅਦ ਇੱਕ ਨਵੀਂ ਟੈਕਨੀਕ ਆਈ ਹੈ ਸਟੈਪਲਰ ਵਾਲੀ ਜਿਹਦੇ ਵਿੱਚ ਤੁਹਾਡਾ ਕੋਈ ਟਾਂਕਾ ਨਹੀਂ ਲੱਗਦਾ ਨਾ ਕੋਈ ਜ਼ਿਆਦਾ ਬਲੀਡਿੰਗ ਹੁੰਦੀ ਹੈ। ਤੁਹਾਡਾ ਸਿਰਫ 2-3 ਘੰਟੇ ਓਪਰੇਸ਼ਨ ਤੋਂ ਬਾਅਦ ਤੁਹਾਡਾ ਇੱਕਦਮ ਤੁਸੀਂ ਰਿਲੈਕਸ ਹੋ ਜਾਂਦੇ ਹੋ, ਚੱਲਣ ਦੇ ਕਾਬਲ ਹੋ ਜਾਂਦੇ ਹੋ, ਤੁਸੀਂ ਕੋਈ ਵੀ ਨੋਰਮਲ ਆਪਣੀ ਐਕਟੀਵਿਟੀ ਕਰ ਸਕਦੇ ਹੋ। ਅਤੇ ਮੈਨੂੰ ਕਾਫ਼ੀ ਇਹਦੇ ਨਾਲ ਮੈਂ ਸੈਟਿਸਫਾਈ ਹਾਂ। ਅਤੇ ਇਹ ਓਪਰੇਸ਼ਨ ਸਿਰਫ ਓਪਰੇਸ਼ਨ ਕਰਨ ਤੋਂ ਬਾਅਦ ਤੁਸੀਂ 15-20 ਮਿੰਟ ਬਾਅਦ 1/2 ਘੰਟੇ ਬਾਅਦ ਤੁਸੀਂ ਨੋਰਮਲ ਤੁਰਨ ਫਿਰਨ ਜੋਗੇ ਹੋ ਜਾਂਦੇ ਹੋ, ਕੋਈ ਵੀ ਤੁਸੀਂ ਆਪਣਾ ਐਕਟੀਵਿਟੀ ਕਰ ਸਕਦੇ ਹੋ। ਇਹਦੇ ਵਿੱਚ ਨਾ ਕੋਈ ਟਾਂਕਾ ਲੱਗਦਾ ਨਾ ਕੁਛ, ਇਹ ਸਟੈਪਲਰ ਵਾਲਾ ਓਪਰੇਸ਼ਨ ਹੈ ਅਤੇ ਇਹਦੇ ਵਿੱਚ ਕੋਈ ਪੇਨ ਨਹੀਂ ਹੈ, ਕੋਈ ਕੁਛ ਨਹੀਂ ਹੈ, ਤੁਸੀਂ ਆਪਣਾ ਰੈਗੂਲਰ ਕਰੇ ਜਾ ਸਕਦੇ ਹੋ। ਜੇ ਕਿਸੇ ਨੂੰ ਵੀ ਇਹ ਪ੍ਰੋਬਲਮ ਹੈ ਕੋਈ ਪਿਸ਼ਾਬ ਵਾਲੀ ਜਗ੍ਹਾ ਪੈਨਿਸ ਦੇ ਫਰੰਟ 'ਤੇ ਕੋਈ ਵੀ ਕਿਹੋ ਜਿਹੀ ਵੀ ਪ੍ਰੋਬਲਮ ਆ, ਉਹ ਸੰਗੇ ਨਾਲ ਜ਼ਰੂਰ ਆਪਣਾ ਇੱਧਰ ਆ ਕੇ ਡਾਕਟਰ ਸਾਹਿਬ ਨੂੰ ਆਪਣਾ ਇੱਕ ਵਾਰ ਦਿਖਾਓ, ਕਿਉਂਕਿ ਇਹ ਚੀਜ਼ ਬਹੁਤ ਬਹੁਤ ਜ਼ਿਆਦਾ ਮਾਇਨੇ ਰੱਖਦੀ ਲਾਈਫ ਦੇ ਵਿੱਚ। ਸੋ ਮੇਰੀ ਤੁਹਾਨੂੰ ਇਹੀ ਰਾਏ ਹੈ, ਤੁਸੀਂ ਇੱਕ ਵਾਰੀ ਜ਼ਰੂਰ ਇੱਥੇ ਆ ਕੇ ਮਿਲੋ ਅਤੇ ਆਪਣਾ ਟ੍ਰੀਟਮੈਂਟ ਕਰਾਓ। ਥੈਂਕ ਯੂ।